ਤੁਸੀਂ ਸਵੇਰੇ ਸਾਰਿਆਂ ਨੇ ਆ ਛੋਟੀ ਜਿਹੀ ਬੱਚੀ ਦੀ ਵੀਡੀਓ ਦੇਖੀ ਹੋਣੀ ਕਿ ਜਿਹਦੇ ਫਾਦਰ ਨੇ ਸੈਕਿੰਡ ਫਾਦਰ ਨੇ ਮਤਲਬ ਇਹ ਫਾਦਰ ਨੇ ਜਿਹੜੇ ਇਹਨੂੰ ਕੁੱਟ ਕੇ ਮਾਰ ਕੇ ਜਿਹੜੀ ਇਹਦੀਆਂ ਬੱਖੀਆਂ ਤੋੜਤੀਆਂ ਇਸ ਬੱਚੀ ਦੀਆਂ ਛੋਟੀ ਜਿਹੀ ਦੀਆਂ। ਵੈਸੇ ਤਾਂ ਸਰਕਾਰੀ ਹਸਪੀਟਲ ਇਲਾਜ ਫ੍ਰੀ ਹੁੰਦਾ ਪਰ ਫਿਰ ਵੀ ਜਿਹੜਾ ਕੁਛ ਪੈਸੇ ਨੇ ਉਹ ਵੀ ਹਸਪੀਟਲਾਂ ਦੇ ਵਿੱਚ ਲੱਗਦੇ ਨੇ ਤੇ ਮੈਂ ਵੀਡੀਓ ਰਾਹੀਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਦਾਨ ਦਾ ਪੈਸਾ ਕਿਸੇ ਵੀ ਅਕਾਊਂਟ ਨੰਬਰ ਦੇ ਵਿੱਚ ਨਹੀਂ ਪਾਣਾ ਤੁਸੀਂ, ਨਾ ਹੀ ਸਾਡੇ ਅਕਾਊਂਟ ਦੇ ਵਿੱਚ ਪਾਣਾ, ਨਾ ਹੀ ਇਸ ਪੇਸ਼ੈਂਟ ਦੀ ਮਦਰ ਦੇ ਅਕਾਊਂਟ ਦੇ ਵਿੱਚ ਪਾਣਾ। ਲੱਖ ਡੇਢ ਲੱਖ ਜਿੰਨਾ ਵੀ ਖਰਚਾ ਡਾਕਟਰਸ ਨੇ ਉੱਥੇ ਦੱਸਿਆ ਏਮਸ ਬਠਿੰਡੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਉਹ ਅਸੀਂ ਕਰਾ ਸਕੀਏ। ਬੜਾ ਵੱਡਾ ਸੋਸ਼ਲ ਮੈਸੇਜ ਵੀ ਹੈਗਾ ਏ, ਤੇ ਸੋਸ਼ਲ ਮੈਸੇਜ ਦੇ ਵਿੱਚ ਜੋ ਇਸ ਭੈਣ ਨੇ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਵੀਡੀਓ ਵੀ ਸਵੇਰ ਵਾਲੀ ਜਾ ਕੇ ਦੇਖ ਸਕਦੇ ਹੋ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੱਚੀ ਹੁਣ ਐਡਮਿਟ ਹੋ ਚੁੱਕੀ ਹੈ, ਬੜਾ ਦਿਲ ਨੂੰ ਸਕੂਨ ਹੈ ਕਿਉਂਕਿ ਜਦੋਂ ਇਹ ਬੱਚੀ ਸਵੇਰੇ ਤੜਪ ਰਹੀ ਸੀ, ਰੋ ਰਹੀ ਸੀ, ਤਾਂ ਮਨ ਨੂੰ ਇੱਕੋ ਹੀ ਸਵਾਲ ਵਾਰ ਵਾਰ ਚੱਲ ਰਿਹਾ ਸੀਗਾ ਕਿ ਇਹ ਬੱਚੀ ਦਾ ਕੀ ਕਸੂਰ ਹੈ। ਵੀਡੀਓ ਦੇ ਵਿੱਚ ਮਦਰ ਇਹਦੇ ਦੱਸ ਰਹੇ ਸੀਗੇ ਕਿ ਇਹਨਾਂ ਨੇ ਸੈਕਿੰਡ ਮੈਰਿਜ ਕਰਵਾਈ ਤੇ ਘਰਦਿਆਂ ਦੇ ਖਿਲਾਫ ਹੋ ਕੇ ਕਰਵਾਈ, ਹਾਲਾਂਕਿ ਫਸਟ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ, ਬਟ ਕਹਿ ਲਓ ਕਿ ਜਦੋਂ ਬੁੱਧੀ ਭ੍ਰਸ਼ਟ ਜਾਂਦੀ ਹੈ ਉਦੋਂ ਇਹ ਚੀਜ਼ਾਂ ਹੋ ਜਾਂਦੀਆਂ। ਦੁਨੀਆ ਦੀ ਮੈਨੂੰ ਲੱਗਦਾ ਕੋਈ ਬੇਵਕੂਫ ਹੀ ਇਨਸਾਨ ਹੋਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਨਹੀਂ ਕਰੂਗਾ, ਕਿਉਂਕਿ ਇਹ ਸ਼ੇਅਰ ਮੈਂ ਆਪਣੇ ਲਈ ਨਹੀਂ ਮੰਗ ਰਿਹਾ, ਸ਼ੇਅਰ ਮੈਂ ਇਸ ਬੱਚੀ ਲਈ ਮੰਗ ਰਿਹਾ। ਤੁਸੀਂ ਸਵੇਰੇ ਸਾਰਿਆਂ ਨੇ ਆ ਛੋਟੀ ਜਿਹੀ ਬੱਚੀ ਦੀ ਵੀਡੀਓ ਦੇਖੀ ਹੋਣੀ ਕਿ ਜਿਹਦੇ ਫਾਦਰ ਨੇ ਸੈਕਿੰਡ ਫਾਦਰ ਨੇ ਮਤਲਬ ਇਹ ਫਾਦਰ ਨੇ ਜਿਹੜੇ ਇਹਨੂੰ ਕੁੱਟ ਕੇ ਮਾਰ ਕੇ ਜਿਹੜੀ ਇਹਦੀਆਂ ਬੱਖੀਆਂ ਤੋੜਤੀਆਂ ਇਸ ਬੱਚੀ ਦੀਆਂ ਛੋਟੀ ਜਿਹੀ ਦੀਆਂ, ਤੇ ਇਹ ਕੇਸ ਸਾਡੇ ਕੋਲ 3-4 ਦਿਨ ਤੋਂ ਆ ਰਿਹਾ। ਤੇ ਆ ਤੁਸੀਂ ਬੱਚੀ ਦੇ ਹਾਲਾਤ ਦੇਖ ਸਕਦੇ ਹੋ, ਸਵੇਰੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਮੇਰੀ ਆ ਸਿਵਲ ਵਾਲੀ, ਤੇ ਆ ਬੱਚੀ ਐਡਮਿਟ ਹੋ ਗਈ ਹੈ ਜੀ ਬਠਿੰਡੇ ਏਮਸ। ਆ ਤੁਸੀਂ ਹਸਪੀਟਲ ਦੀ ਤਸਵੀਰ ਦੇਖ ਸਕਦੇ ਹੋ, ਕਿੰਨਾ ਵਧੀਆ ਹਸਪੀਟਲ ਬਣਿਆ। ਲੋਕ ਸਰਕਾਰੀ ਹਸਪੀਟਲਾਂ ਦੇ ਵਿੱਚ ਜਾਣ ਨੂੰ ਡਰਦੇ ਨੇ, ਪਰ ਆ ਬੜੀ ਵੱਡੀ ਐਗਜ਼ਾਮਪਲ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਜਿਹੜੀ ਏਮਸ ਦੇ ਵਿੱਚ ਐਡਮਿਟ ਹੋ ਚੁੱਕੀ ਆ, ਬੱਚੀ ਦੀ ਮਾਤਾ ਜੀ ਦੀ ਤਸਵੀਰਾਂ ਨੇ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਬੜੀ ਵੱਡੀ ਇਨਫੋਰਮੇਸ਼ਨ ਆ ਜਿਹੜੀ ਉਹ ਭਲਾ ਹੋ ਜਾਏਗਾ ਲੋਕਾਂ ਦਾ, ਔਰ ਇਸ ਬੱਚੀ ਦੀ ਜਾਨ ਬਚ ਜਾਏਗੀ, ਕਿਉਂਕਿ ਇਹ ਬੱਚੀ ਐਡਮਿਟ ਹੋ ਚੁੱਕੀ ਆ, ਹੁਣ ਤੇ ਇਹਨੂੰ ਇਲਾਜ ਦੀ ਸਖਤ ਜ਼ਰੂਰਤ ਹੈ। ਪਸਲੀਆਂ ਟੁੱਟ ਚੁੱਕੀਆਂ, ਰੀੜ੍ਹ ਦੀ ਹੱਡੀ ਟੁੱਟ ਚੁੱਕੀ ਹੈ, ਇਲਾਜ ਦੇ ਵਿੱਚ ਹੋ ਸਕਦਾ ਕਿ ਲੱਖਾਂ ਰੁਪਏ ਦੀ ਲੋੜ ਪਵੇ, ਕਿਉਂਕਿ ਵੈਸੇ ਤਾਂ ਸਰਕਾਰੀ ਹਸਪੀਟਲ ਇਲਾਜ ਫ੍ਰੀ ਹੁੰਦਾ ਪਰ ਫਿਰ ਵੀ ਜਿਹੜਾ ਕੁਛ ਪੈਸੇ ਨੇ ਉਹ ਵੀ ਹਸਪੀਟਲਾਂ ਦੇ ਵਿੱਚ ਲੱਗਦੇ ਨੇ। ਤੇ ਮੈਂ ਵੀਡੀਓ ਰਾਹੀਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਦਾਨ ਦਾ ਪੈਸਾ ਕਿਸੇ ਵੀ ਅਕਾਊਂਟ ਨੰਬਰ ਦੇ ਵਿੱਚ ਨਹੀਂ ਪਾਣਾ ਤੁਸੀਂ, ਨਾ ਹੀ ਸਾਡੇ ਅਕਾਊਂਟ ਦੇ ਵਿੱਚ ਪਾਣਾ, ਨਾ ਹੀ ਇਸ ਪੇਸ਼ੈਂਟ ਦੀ ਮਦਰ ਦੇ ਅਕਾਊਂਟ ਦੇ ਵਿੱਚ ਪਾਣਾ। ਤੁਸੀਂ ਡਾਇਰੈਕਟ ਜਾ ਕੇ ਪੇਸ਼ੈਂਟ ਦੀ ਹੈਲਪ ਕਰਨੀ ਹੈ ਉਹਨੂੰ ਜਿੰਨੀ ਲੋੜ ਹੈ। ਅਸੀਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਇਸ ਬੱਚੇ ਦਾ ਇਲਾਜ ਹੈ ਜਿਹੜਾ ਉਹ ਫ੍ਰੀ ਹੋ ਜਾਵੇ, ਪਰ ਜੇ ਫਿਰ ਵੀ ਫ੍ਰੀ ਨਹੀਂ ਹੋ ਸਕਿਆ ਤੇ ਲੱਖ ਡੇਢ ਲੱਖ ਜਿੰਨਾ ਵੀ ਖਰਚਾ ਡਾਕਟਰਸ ਨੇ ਉੱਥੇ ਦੱਸਿਆ ਏਮਸ ਬਠਿੰਡੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਉਹ ਅਸੀਂ ਕਰਾ ਸਕੀਏ। ਤੇ ਮੈਂ ਇਹ ਵੀਡੀਓ ਇੱਕ ਤਾਂ ਧੰਨਵਾਦ ਲਈ ਤੁਹਾਡੇ ਸਾਰਿਆਂ ਲਈ ਸ਼ੇਅਰ ਕਰ ਰਿਹਾ ਕਿ ਮੈਂ ਬੜਾ ਧੰਨਵਾਦੀ ਹਾਂ ਤੁਹਾਡਾ ਸਭ ਦਾ ਕਿ ਤੁਸੀਂ ਇਸ ਵੀਡੀਓ ਨੂੰ ਇੰਨਾ ਸ਼ੇਅਰ ਕੀਤਾ, ਇੰਨਾ ਸਾਨੂੰ ਲੋਕਾਂ ਦੇ ਫੋਨ ਕਾਲਸ ਆ ਰਹੇ ਨੇ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ, ਅਸੀਂ ਸੇਵਾ ਕਰਨਾ ਚਾਹੁੰਦੇ ਹਾਂ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਸ ਬੱਚੀ ਦੇ ਵਿੱਚ ਇਹਦੇ ਬਾਪ ਦਾ ਕਸੂਰ ਸੀਗਾ ਕਿ ਜਿਹੜੀ ਸੈਕਿੰਡ ਮੈਰਿਜ ਕਰਵਾਈ ਇਹਦੀ ਮਦਰ ਨੇ, ਤੇ ਬੜਾ ਵੱਡਾ ਸੋਸ਼ਲ ਮੈਸੇਜ ਵੀ ਹੈਗਾ ਏ, ਤੇ ਸੋਸ਼ਲ ਮੈਸੇਜ ਦੇ ਵਿੱਚ ਜੋ ਇਸ ਭੈਣ ਨੇ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਵੀਡੀਓ ਵੀ ਸਵੇਰ ਵਾਲੀ ਜਾ ਕੇ ਦੇਖ ਸਕਦੇ ਹੋ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੱਚੀ ਹੁਣ ਐਡਮਿਟ ਹੋ ਚੁੱਕੀ ਹੈ, ਬੜਾ ਦਿਲ ਨੂੰ ਸਕੂਨ ਹੈ ਕਿਉਂਕਿ ਜਦੋਂ ਇਹ ਬੱਚੀ ਸਵੇਰੇ ਤੜਪ ਰਹੀ ਸੀ, ਰੋ ਰਹੀ ਸੀ, ਤਾਂ ਮਨ ਨੂੰ ਇੱਕੋ ਹੀ ਸਵਾਲ ਵਾਰ ਵਾਰ ਚੱਲ ਰਿਹਾ ਸੀਗਾ ਕਿ ਇਹ ਬੱਚੀ ਦਾ ਕੀ ਕਸੂਰ ਹੈ। ਵੀਡੀਓ ਦੇ ਵਿੱਚ ਮਦਰ ਇਹਦੇ ਦੱਸ ਰਹੇ ਸੀਗੇ ਕਿ ਇਹਨਾਂ ਨੇ ਸੈਕਿੰਡ ਮੈਰਿਜ ਕਰਵਾਈ ਤੇ ਘਰਦਿਆਂ ਦੇ ਖਿਲਾਫ ਹੋ ਕੇ ਕਰਵਾਈ, ਹਾਲਾਂਕਿ ਫਸਟ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ, ਬਟ ਕਹਿ ਲਓ ਕਿ ਜਦੋਂ ਬੁੱਧੀ ਭ੍ਰਸ਼ਟ ਜਾਂਦੀ ਹੈ ਉਦੋਂ ਇਹ ਚੀਜ਼ਾਂ ਹੋ ਜਾਂਦੀਆਂ। ਤੇ ਬੱਚੀ ਹੈ ਜਿਹੜੀ ਉਹਦੇ ਫਾਦਰ ਨੇ ਉਹਦੇ ਨਾਲ ਕੁੱਟਮਾਰ ਕੀਤੀ, ਬੱਚੀ ਦੇ ਫਾਦਰ ਨੇ, ਆ ਬੱਚੀ ਤੁਸੀਂ ਦੇਖ ਸਕਦੇ ਹੋ, ਇਹ ਬਠਿੰਡਾ ਏਮਸ ਦੀ ਫੋਟੋ ਹੈ ਜੀ ਹੁਣ, ਤੇ ਬਠਿੰਡਾ ਏਮਸ ਦੇ ਵਿੱਚ ਹੁਣ ਇਹ ਬੱਚੀ ਐਡਮਿਟ ਹੈ ਜਿਹੜਾ ਸਰਕਾਰੀ ਹਸਪੀਟਲ ਹੈ, ਤੇ ਸਾਡੀ ਐਂਬੂਲੈਂਸ ਹੁਣੀ ਉੱਥੇ ਉਹਨਾਂ ਨੂੰ ਬੱਚੀ ਨੂੰ ਲੈ ਕੇ ਪਹੁੰਚੀ ਹੈ। ਖਰਚੇ ਪਾਣੀ ਲਈ 5,000 ਰੁਪਇਆ ਬੱਚੀ ਦੇ ਮਾਂ ਨੂੰ ਦੇ ਦਿੱਤਾ ਗਿਆ ਸੀਗਾ ਕਿ ਰੋਟੀ ਪਾਣੀ ਦੀ ਕੋਈ ਤਕਲੀਫ ਨਾ ਆਵੇ, ਤੇ ਬਾਕੀ ਜਦੋਂ ਹੁਣ ਡਾਕਟਰਸ ਆਣਗੇ ਗੱਲਬਾਤ ਕਰਨਗੇ ਪੇਸ਼ੈਂਟ ਨੂੰ ਐਗਜ਼ਾਮਿਨ ਕਰਨਗੇ ਤੇ ਰਿਪੋਰਟਾਂ ਸਾਰੀਆਂ ਹੋਣਗੀਆਂ, ਤਾਂ ਸਾਨੂੰ ਪਤਾ ਲੱਗੇਗਾ ਕਿ ਕਿੰਨਾ ਖਰਚਾ ਹੈ। ਤੇ ਜਿੰਨਾ ਵੀ ਖਰਚਾ ਹੈ ਤੁਹਾਨੂੰ ਪਤਾ ਹੈ ਕਿ ਇਸ ਐਨ ਜੀ ਓ ਦਾ ਕੋਈ ਅਕਾਊਂਟ ਨੰਬਰ ਨਹੀਂ ਹੈਗਾ,
ਜਿਹੜੇ ਪੈਸੇ ਨੇ ਉਹ ਡਾਇਰੈਕਟਲੀ ਤੁਸੀਂ ਜਾ ਕੇ ਬੱਚੇ ਦੇ ਅਕਾਊਂਟ 'ਚ ਜਮ੍ਹਾਂ ਕਰਾ ਸਕਦੇ ਹੋ। ਅਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿਹੜਾ ਇਸ ਬੱਚੀ ਦਾ ਇਲਾਜ ਹੋ ਸਕੇ, ਇਸ ਬੱਚੀ ਲਈ ਅਰਦਾਸ ਕਰੋ, ਕਮੈਂਟਾਂ ਦੇ ਵਿੱਚ ਜ਼ਰੂਰ ਅਰਦਾਸ ਕਰਿਓ ਇਸ ਬੱਚੀ ਦੀ ਸਿਹਤ ਲਈ ਕਿ ਗੁਰਸਾਹਿਬ ਇਸ ਪਰਮਾਤਮਾ ਇਸ ਇਹਦੀ ਬੱਚੀ ਦੀ ਉਮਰ ਬਖਸ਼ੇ, ਤੰਦਰੁਸਤੀ ਬਖਸ਼ੇ। ਬੱਚੀ ਦੇ ਬਾਥਰੂਮ ਵਾਲੀ ਪਾਈਪ ਵੀ ਲੱਗੀ ਹੋਈ ਹੈ ਕਿਉਂਕਿ ਲੱਕ ਤੋਂ ਥੱਲੇ ਰੀੜ੍ਹ ਦੀ ਹੱਡੀ ਟੁੱਟਣ ਕਰਕੇ ਜਿਹੜਾ ਸਾਰਾ ਥੱਲੜਾ ਹਿੱਸਾ ਬੱਚੀ ਦਾ, ਲੱਕ ਤੋਂ ਥੱਲੇ ਵਾਲਾ ਹਿੱਸਾ ਸਾਰਾ ਉਹ ਅਧਰੰਗ ਦੇ ਨਾਲ ਰੁਕ ਚੁੱਕਾ ਹੈ। ਅਤੇ ਬੜੀ ਕ੍ਰਿਟੀਕਲ ਸਰਜਰੀ ਹੋਏਗੀ ਜਾਂ ਸਰਜਰੀ ਹੋ ਸਕਦਾ ਨਾ ਵੀ ਹੋਵੇ। ਅਤੇ ਮੈਂ ਬਸ ਇਹੀ ਅਰਦਾਸ ਕਰਾਂਗਾ ਕਿ ਬੱਚਾ ਜਿਹੜਾ ਠੀਕ ਹੋ ਜਾਵੇ, ਜਿਹੜੀ ਮਾਂ ਹੈ ਉਹਨੂੰ ਆਪਣੀ ਗਲਤੀ ਦਾ ਪਛਤਾਵਾ ਹੈ, ਕਿਉਂਕਿ ਮਾਂ ਕਹਿ ਹੀ ਰਹੀ ਸੀਗੀ ਕਿ ਮੇਰਾ ਪਹਿਲਾ ਹਸਬੈਂਡ ਠੀਕ ਸੀਗਾ, ਪਰ ਫਿਰ ਵੀ ਮੈਂ ਉਹ ਮੁੰਡੇ ਦੀ ਗੱਲਾਂ ਦੇ ਵਿੱਚ ਆ ਕੇ ਦੂਜੀ ਮੈਰਿਜ ਕਰਵਾਈ ਅਤੇ ਮੁੰਡਾ ਕਾਫੀ ਕੁੱਟਮਾਰ ਕਰਕੇ ਗਿਆ ਬੱਚੀ ਦੇ ਨਾਲ, ਅਤੇ ਮੁੰਡੇ ਦਾ ਜਿਹੜਾ ਮੁੰਡੇ 'ਤੇ ਪਰਚਾ ਵੀ ਦਰਜ ਹੋਇਆ। ਅਤੇ ਬੱਚੀ ਪੂਰੀ ਐਡਮਿਟ ਹੈ ਜੀ, ਕਿਉਂਕਿ ਸਾਨੂੰ ਸਵੇਰ ਤੋਂ ਬਹੁਤ ਫੋਨ ਕਾਲਸ ਆ ਰਹੇ ਸੀਗੇ ਕਿ ਬੱਚੀ ਕਿਵੇਂ ਆ, ਬੱਚੀ ਕਿਵੇਂ ਆ। ਬਹੁਤ ਡੋਨਰਸ ਨੇ ਸਾਡੇ ਨੇ ਫੋਨ ਕਾਲਸ ਕੀਤੀਆਂ ਨੇ ਕਿ ਬੱਚੀ ਦੇ ਹਾਲਾਤ ਦੱਸੋ ਕਿਵੇਂ ਆ। ਅਤੇ ਤੁਹਾਨੂੰ ਸਾਰਿਆਂ ਨੂੰ ਸਕੂਨ ਮਿਲੇਗਾ ਦੇਖ ਕੇ ਕਿ ਬੱਚੀ ਐਡਮਿਟ ਹੋ ਚੁੱਕੀ ਹੈ ਏਮਸ ਬਠਿੰਡੇ ਦੇ ਵਿੱਚ। ਅਤੇ ਜ਼ਰੂਰ ਅਰਦਾਸ ਕਰਿਓ ਕਿ ਇਹ ਬੱਚੀ ਠੀਕ ਹੋ ਕੇ ਵਾਪਸ ਆਵੇ। ਅਤੇ ਜਿੱਦਾਂ ਹੀ ਇਸ ਬੱਚੀ ਦੀ ਅਪਡੇਟ ਮਿਲਦੀ ਹੈ ਮੈਂ ਤੁਹਾਡੇ ਸਾਰਿਆਂ ਨਾਲ ਦੁਬਾਰਾ ਸਾਂਝੀ ਕਰੂੰਗਾ ਪੋਸਟ। ਅਤੇ ਉਦੋਂ ਤੱਕ ਸਮਾਜ ਲਈ ਇੱਕ ਸਿੱਖਿਆ ਹੈ ਜਿਹੜੀ ਸਿੱਖਣੀ ਚਾਹੀਦੀ ਹੈ ਭੈਣਾਂ ਨੂੰ ਕਿ ਆਪਣੇ ਜਿਹੜੇ ਜ਼ਿੰਦਗੀ ਦੇ ਡਿਸੀਜ਼ਨਸ ਨੇ ਉਹ ਬੜੇ ਸੋਚ ਸਮਝ ਕੇ ਲੈਣੇ ਚਾਹੀਦੇ ਨੇ। ਆ ਬੱਚੀ ਦੀ ਐਡਮਿਟ ਹੋਈ ਦੀ ਰਸੀਦ ਸਾਡੇ ਕੋਲ ਆ ਚੁੱਕੀ ਹੈ, ਨੂਰ ਬੱਚੀ ਦਾ ਨਾਮ ਹੈ। ਅਤੇ ਆ ਏਮਸ ਬਠਿੰਡੇ ਦੀ ਤੁਸੀਂ ਰਸੀਦ ਸਾਡੇ ਹੱਥ ਦੇ ਵਿੱਚ ਦੇਖ ਸਕਦੇ ਹੋ। ਅਤੇ ਇਹ ਸਾਰਾ ਕੁਝ ਗੁਰਸਾਹਿਬ ਦੀ ਮਿਹਰ ਦੇ ਨਾਲ ਅਤੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ, ਵੀਡੀਓ ਸ਼ੇਅਰ ਕਰਨ ਦੇ ਨਾਲ ਇਹ ਹੋਇਆ, ਕਿਉਂਕਿ ਅਸੀਂ ਬਠਿੰਡੇ ਤੁਹਾਨੂੰ ਭੇਜ ਰਹੇ ਸੀਗੇ ਪਰ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਬਠਿੰਡੇ ਇਹਨਾਂ ਦੀ ਸੇਵਾ ਕੌਣ ਕਰੇਗਾ। ਹਾਲਾਂਕਿ ਬਠਿੰਡਾ ਸ਼ਹਿਰ ਹੈ ਜਿਹੜਾ ਉਹ ਬਹੁਤ ਮੰਨਿਆ ਪਰਮੰਨਿਆ ਸ਼ਹਿਰ ਹੈ, ਅਤੇ ਮੇਰੀ ਬਠਿੰਡੇ ਵਾਲਿਆਂ ਨੂੰ ਖਾਸ ਕਰ ਬੇਨਤੀ ਹੈ ਕਿ ਹਰ ਸ਼ਹਿਰ ਦੇ ਵਿੱਚ ਸਰਕਾਰੀ ਹਸਪਤਾਲ ਹੈ, ਪਰ ਜ਼ਿਆਦਾ ਖੁਸ਼ਨਸੀਬ ਲੋਕ ਉਹ ਨੇ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਮੈਡੀਕਲ ਕਾਲਜ ਪਲੱਸ ਮੈਡੀਕਲ ਵੱਡੇ ਹਸਪਤਾਲ ਨੇ ਸਰਕਾਰੀ, ਜਿੱਦਾਂ ਫਰੀਦਕੋਟ ਮੈਡੀਕਲ ਹੈ, ਚੰਡੀਗੜ੍ਹ PGI ਹੈ, ਚੰਡੀਗੜ੍ਹ ਵਾਲੇ ਕਿਉਂਕਿ ਉਹਨਾਂ ਕੋਲ PGI ਚੰਡੀਗੜ੍ਹ ਹੈਗਾ, ਫਰੀਦਕੋਟ ਵਾਲੇ ਕਿਉਂਕਿ ਉਹਨਾਂ ਕੋਲ ਫਰੀਦਕੋਟ ਮੈਡੀਕਲ ਹੈਗਾ, ਅੰਮ੍ਰਿਤਸਰ ਵਾਲੇ ਕਿਉਂਕਿ ਉਹਨਾਂ ਕੋਲ ਗੁਰੂ ਨਾਨਕ ਚੈਰੀਟੇਬਲ ਹੈਗਾ ਸਰਕਾਰੀ, ਅਤੇ ਅੰਮ੍ਰਿਤਸਰ ਵਾਲੇ ਹੋ ਗਏ, ਜੰਮੂ ਵਾਲੇ ਹੋ ਗਏ, ਜੰਮੂ 'ਚ ਮੈਡੀਕਲ ਕਾਲਜ ਕੋਈ ਨਹੀਂ ਹੈਗਾ ਸਰਕਾਰੀ, ਅਤੇ ਇਹ ਬਠਿੰਡੇ ਵਾਲੇ ਹੋ ਗਏ। ਮੇਰੀ ਇਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਖਾਸ ਕਰ ਬੇਨਤੀ ਹੈ ਕਿ ਤੁਹਾਡੇ ਸ਼ਹਿਰਾਂ 'ਚ ਜਦੋਂ ਕੋਈ ਲੋੜਵੰਦ ਮਰੀਜ਼ ਪਹੁੰਚਦਾ ਤਾਂ ਉਹਦੀ ਜ਼ਰੂਰ ਸੇਵਾ ਲਈ ਪਹੁੰਚਿਆ ਕਰੋ। ਅਤੇ ਬੱਚੀ ਠੀਕ ਹੈ, ਅਰਦਾਸ ਕਰਿਓ ਇਸ ਬੱਚੀ ਲਈ ਅਤੇ ਦੁਆ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ, ਜੇ ਤੁਹਾਡੇ ਵੀ ਆਲੇ ਦੁਆਲੇ ਕੋਈ ਐਸਾ ਬੱਚਾ ਵਿਚਾਰਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਕੁਝ ਪੈਸਿਆਂ ਕਰਕੇ, ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਅਸੀਂ ਕੋਈ ਪੈਸਾ ਆਪਣੇ ਕੋਲੋਂ ਨਹੀਂ ਲਾਣਾ, ਸਾਰੇ ਪੈਸੇ ਉਸ ਗੁਰਸਾਹਿਬ ਨੇ ਆਪੇ ਹੀ ਭੇਜ ਦੇਣੇ ਨੇ। ਡੋਨਰ ਦਾਨ ਦੇਣ ਵਾਲੇ ਬਹੁਤ ਨੇ, ਸਾਨੂੰ ਸਵੇਰ ਦੇ ਹਾਲਾਂਕਿ ਬਹੁਤ ਫੋਨ ਕਾਲਸ ਆ ਚੁੱਕੇ ਨੇ ਕਿ ਆ ਬੱਚੀ ਦੀ ਮਦਦ ਕਰਨੀ ਹੈ, ਬੱਚੀ ਦੀ ਮਦਦ ਕਰਨੀ ਹੈ। ਅਤੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਬੱਚੀ ਐਡਮਿਟ ਹੋ ਚੁੱਕੀ ਹੈ, ਬੜੀ ਖੁਸ਼ੀ ਹੈ ਕਿਉਂਕਿ ਇਹ ਬੱਚੀ ਨੂੰ ਜਦੋਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਕਿ ਜਿਹੜਾ ਬੱਚੀ ਦੀ ਜਾਨ ਬਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਗੁਰਸਾਹਿਬ ਦੀ ਮਿਹਰ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਬੱਚੀ ਐਡਮਿਟ ਹੋ ਚੁੱਕੀ ਹੈ ਜੀ। ਜਿਵੇਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਬੱਚੀ ਦੀਆਂ ਤਸਵੀਰਾਂ ਨੇ ਏਮਸ ਬਠਿੰਡੇ ਦੀਆਂ, ਤੇ ਬੱਚੀ ਦੇ ਟੈਸਟ ਕੁਝ ਹੋ ਚੁੱਕੇ ਨੇ ਤੇ ਹੋ ਸਕਦਾ ਕਿ ਜਲਦੀ ਡਾਕਟਰ ਆਪਰੇਸ਼ਨ ਦੀ ਤਿਆਰੀ ਕਰ ਰਹੇ ਨੇ। ਤੇ ਜ਼ਰੂਰ ਤੁਸੀਂ ਇਸ ਬੱਚੀ ਦੀ ਸਿਹਤ ਲਈ ਅਰਦਾਸ ਕਰਿਓ। ਦੁਨੀਆ ਭਰ ਦੇ ਵਿੱਚੋਂ ਸਾਨੂੰ ਫੋਨ ਕਾਲਸ ਆ ਰਹੇ ਨੇ ਇਸ ਬੱਚੀ ਲਈ ਕਿ ਹੈਲਪ ਕਰਨਾ ਚਾਹੁੰਦੇ ਨੇ। ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਕੋਈ ਵੀ ਬੰਦਾ ਇਸ ਬੱਚੀ ਦੇ ਨਾਮ ਤੇ ਪੈਸਿਆਂ ਦੀ ਦੁਰਵਰਤੋਂ ਨਾ ਕਰੇ, ਇਸੇ ਲਈ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਕਿ ਕੋਈ ਵੀ ਪੈਸਾ ਕਿਸੇ ਦੇ ਖਾਤੇ ਵਿੱਚ ਪਾਉਣ ਦੀ ਬਜਾਏ ਅਗਰ ਤੁਸੀਂ ਬਠਿੰਡੇ ਸਿੱਧਾ ਬੱਚੇ ਦੇ ਹਸਪਤਾਲ 'ਚ ਖਾਤੇ 'ਚ ਜਾ ਕੇ ਜਮ੍ਹਾਂ ਕਰਾ ਸਕੋ, ਉਹ ਵੀ ਲੋੜ ਮੁਤਾਬਕ। ਇਹ ਨਾ ਹੋਵੇ ਬੱਚੇ ਨੂੰ ਲੋੜ 50,000 ਦੀ ਹੋਵੇ ਤੇ ਖਾਤੇ 'ਚ ਜਮ੍ਹਾਂ ਉਹਦੇ 10,00,000 ਹੋ ਜਾਵੇ ਤੇ ਉਹ ਸੇਵਾ ਖਰਾਬ ਹੁੰਦੀ ਹੈ ਇੱਦਾਂ। ਹਾਲਾਂਕਿ ਸਾਡੇ ਕੋਲ ਇੱਦਾਂ ਦੇ ਬਹੁਤ ਬੱਚੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ, ਤੇ ਮੈਂ ਤੁਹਾਡੇ ਸਾਰਿਆਂ ਅੱਗੇ ਬਸ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਸੀਗਾ ਕਿ ਬੱਚੀ ਠੀਕ ਹੈ ਤੇ ਬੱਚੀ ਐਡਮਿਟ ਹੋ ਚੁੱਕੀ ਹੈ, ਬੱਚੀ ਦਾ ਟ੍ਰੀਟਮੈਂਟ ਚੱਲ ਰਿਹਾ, ਗੁਰਸਾਹਿਬ ਦੀ ਮਿਹਰ ਹੈ, ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਹੈ। ਤੇ ਤੁਸੀਂ ਜ਼ਰੂਰ ਅਰਦਾਸ ਕਰਿਓ ਇਸ ਬੱਚੀ ਦੀ ਸਿਹਤ ਲਈ, ਤੇ ਜੋ ਇਹਦੇ ਫਾਦਰ ਨੂੰ ਬਣਦੀ ਸਜ਼ਾ ਉਹ ਕਾਨੂੰਨੀ ਤੌਰ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਸ ਬੱਚੀ ਨੂੰ ਇਨਸਾਫ ਮਿਲੇ। ਨੂਰ ਬੱਚੀ ਦਾ ਨਾਮ ਹੈ ਤੇ ਬਾਕੀ ਜੋ ਇਹਦੀ ਮਦਰ ਕੋਲ ਗਲਤੀ ਹੋਈ ਹੈ ਉਹ ਤਾਂ ਚਲੋ ਮੰਨ ਹੀ ਰਹੀ ਹੈ ਕਿ ਮੇਰੇ ਕੋਲ ਗਲਤੀ ਹੋਈ ਹੈ, ਤੇ ਬਹੁਤ ਵੀਰਾਂ ਦੇ ਕਮੈਂਟਸ ਕਾਲਸ ਆ ਰਹੇ ਨੇ ਤੇ ਮੈਂ ਬੜਾ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦਾ ਇੰਨਾ ਪਿਆਰ ਤੇ ਸਪੋਰਟ ਲਈ। ਤੇ ਏਦਾਂ ਹੀ ਸਪੋਰਟ ਤੇ ਪਿਆਰ ਕਰਦੇ ਰਹੋ ਤੇ ਇਹ ਬੱਚੇ ਦੀ ਸਿਹਤ ਲਈ ਜ਼ਰੂਰ ਅਰਦਾਸ ਕਰਿਓ।